ਕੋਈ ਕਰਜਾ ਬੇਵਫਾਈ ਕੋਈ ਗੀਤ ਚੋਲੀ ਪਾ ਦੇ ਬਹੁਤ ਖੂਬ ਗੀਤ ਸਾਡੇ ਦਰਸ਼ਕਾਂ ਨੇ ਇੰਜੋਏ ਕੀਤਾ ਅਸੀਂ ਮਨੋਰੰਜਨ ਕਰਦੇ ਹਾਂ ਗੀਤਾਂ ਦੇ ਨਾਲ ਤੁਹਾਡਾ ਔਰ ਨਾਲ ਹੀ ਨਾਲ ਮਨੋਰੰਜਨ ਕਰਦੇ ਹਾਂ ਤੁਹਾਡੇ ਹੀ ਖਤਾਂ ਨੂੰ ਪੜ੍ਹ ਕੇ ਜਿਹੜੇ ਖੂਬਸੂਰਤ ਲਤੀਫੇ ਤੁਸੀਂ ਸਾਨੂੰ ਭੇਜਦੇ ਹੋ ਤੇ ਹੋ ਜਾਵੇ ਕੋਈ ਅਗਲਾ ਲਤੀਫਾ ਉਸ ਤੋਂ ਪਹਿਲੇ ਫੋਨ ਕਾਲ ਲੈ ਲੈਂਦੇ ਹਾਂ ਸਾਨੂੰ ਫੋਨ ਕਾਲ ਆਈ ਹੈ ਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਗੀਤ ਮਸਾਲਾ 'ਚ ਤਨਹਾ ਸੀ ਜ਼ਿੰਦਗੀ ਲੱਖੋਂ ਕੀ ਭੀੜ ਮੇਂ ਸੋਚਿਆ ਕੋਈ ਦੋਸਤ ਨਹੀਂ ਤਕਦੀਰ ਮੇਂ ਜਦੋਂ ਦੀ ਹੋਈ ਡੀ ਡੀ ਪੰਜਾਬੀ ਦੇ ਪ੍ਰੋਗਰਾਮਾਂ ਨਾਲ ਦੋਸਤੀ ਇਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਕੋਈ ਖਾਸ ਸੀ ਹੱਥੋਂ ਕੀ ਲਕੀਰ ਮੇਂ ਸੂਰੀ ਸਾਹਿਬ ਨੂੰ ਤੇ ਸਾਡੀ ਭੈਣ ਸੁਮਤੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਅਖੂਰ ਦੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਥੋੜਾ ਟੇਢਾ ਮੇਢਾ ਟੰਗ ਟਵਿਸਟਰ ਲੈ ਕੇ ਆਏ ਆ ਆਪਣੇ ਦਰਸ਼ਕਾਂ ਦੇ ਲਈ ਇੱਕ ਵਾਰੀ ਫੇਰ ਤੋਂ ਬੋਲਦੇ ਆ ਚੱਕਬੂ ਚੱਕ ਚੀਚੀ ਚੱਕਬੂ ਤੁਸੀਂ ਇੰਨਾ ਹੀ ਬੋਲਦੇ ਹੋ ਮੈਨੂੰ ਹਜੇ ਤਾਈਂ ਕੁਝ ਵੀ ਨਹੀਂ ਪਤਾ ਲੱਗਿਆ ਜੀ ਕੀ ਪਤਾ ਨਹੀਂ ਕੀ ਠੀਕ ਹੈ ਜੀ ਇਕਬਾਲ ਜੀ ਬੜਾ ਚੰਗਾ ਲੱਗਾ ਸਾਨੂੰ ਤੁਹਾਡੇ ਨਾਲ ਗੱਲ ਕਰਕੇ ਇਸੇ ਤਰ੍ਹਾਂ ਰਾਬਤਾ ਕਾਇਮ ਕਰਦੇ ਰਿਹਾ ਕਰੋ ਔਰ ਇਸ ਪ੍ਰੋਗਰਾਮ ਨੂੰ ਪਿਆਰ ਬਖਸ਼ਦੇ ਰਿਹਾ ਕਰੋ ਬਈ ਬਹੁਤ ਵਧੀਆ ਲੱਗਦਾ ਹੈ ਜਦੋਂ ਕਾਲਰ ਦੋਸਤ ਇੰਜ ਕਾਲ ਕਰਦੇ ਆ ਸਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਦੇ ਆ ਬਿਲਕੁਲ ਚੁਟਕਲਾ ਵਜੇ ਫਿਰ ਅਗਲਾ ਜੀ ਅਗਲਾ ਚੁਟਕਲਾ ਮੈਂ ਜ਼ਰੂਰ ਸਾਂਝਾ ਕਰਾਂਗੀ ਆਪਣੇ ਦਰਸ਼ਕਾਂ ਦੇ ਨਾਲ ਇਹ ਸਾਨੂੰ ਭੇਜਿਆ ਹੈ ਜੀ ਅਮਰਜੀਤ ਕੰਦੋਲਾ ਨੇ ਕੰਦੋਲਾ ਕਲਾ ਤੋਂ ਇਹ ਲਿਖਦੇ ਕਿ ਲੜਕਾ ਹਾਂਜੀ ਆਪਣੀ ਗਰਲਫ੍ਰੈਂਡ ਨੂੰ ਕਹਿ ਰਿਹਾ ਜਿਨ੍ਹਾਂ ਨੂੰ ਪਿਆਰ ਕਰਦਾ ਕਹਿੰਦਾ ਕਿ ਜਾਨੂ ਮੈਂ ਨਾ ਤੇ ਨਾ ਵਿਆਹ ਨਹੀਂ ਕਰਾ ਸਕਦਾ ਮੈਨੂੰ ਮਾਫ਼ ਕਰ ਦੇ ਮੇਰੇ ਘਰ ਦੇ ਨਹੀਂ ਮੰਨਦੇ ਅੱਛਾ ਜੀ ਉਹਨੂੰ ਵਿਚਾਰੀ ਨੂੰ ਬੜਾ ਅਫਸੋਸ ਹੁੰਦਾ ਕਹਿੰਦੀ ਮਤਲਬ ਤੂੰ ਦੱਸਦਾ ਸਹੀ ਤੇਰੇ ਘਰੇ ਹੈ ਕੌਣ ਕੌਣ ਮੈਂ ਮਨਾ ਲੈਂਦੀ ਹਾਂ ਉਹ ਦੱਸਦਾ ਹੀ ਨਹੀਂ ਉਹ ਫਿਰ ਪੁੱਛਦੀ ਹੈ ਫਿਰ ਉਹ ਗੁੱਸੇ 'ਚ ਪੁੱਛਦੀ ਹੈ ਕਹਿੰਦੀ ਦੱਸਦਾ ਕਿ ਨਹੀਂ ਦੱਸਦਾ ਕੌਣ ਕੌਣ ਹੈ ਤੇਰੇ ਘਰੇ ਵਿਚਾਰਾ ਨੀਵੀਂ ਜੀ ਹੋ ਕੇ ਅੱਖਾਂ ਨੀਵੀਆਂ ਪਾ ਕੇ ਦਬੀ ਜੀ ਆਵਾਜ਼ ਕਹਿੰਦਾ ਇੱਕ ਘਰ ਵਾਲੀ ਤੇ ਦੋ ਬੱਚੇ ਕਮਾਲ ਦੀ ਗੱਲ ਹੈ ਜੀ ਵੈਸੇ ਕਈ ਏਦਾਂ ਦੇ ਵੀ ਮਤਲਬ ਹੌਸਲੇ ਵਾਲੇ ਮਰਦ ਹੁੰਦੇ ਆ ਜਿਹੜੇ ਦੋ ਦੋ ਵੋਟੀਆਂ ਰੱਖਣ ਦੇ ਵੀ ਸ਼ਕੀਰ ਹੋ ਜਾਂਦੇ ਆ ਮਤਲਬ ਕੀ ਮਤਲਬ ਥੋੜਾ ਹੌਸਲੇ ਵਾਲੇ ਬੰਦੇ ਹੁੰਦੇ ਆ ਉਹ ਤੇ ਹੌਸਲਾ ਹੀ ਹੁੰਦਾ ਜੀ ਅੱਛਾ ਜੀ ਇੱਕ ਨਹੀਂ ਮਾਣ ਹੁੰਦੀ ਵੋਟੀ ਤੇ ਦੋ ਦੋ ਕਿੱਦਾਂ ਸਾਂਭਣੀ ਆਈ ਅੱਛਾ ਅੱਛਾ ਤੁਸੀਂ ਏਦਾਂ ਦੀ ਗਲਤੀ ਨਾ ਕਰਿਓ ਫਿਰ ਹੈ ਕੋਈ ਸਾਂਭਿਓ ਮੈਂ ਨਹੀਂ ਕਰਦਾ ਜੀ ਮੈਂ ਨਹੀਂ ਕਰਦਾ ਬਿਲਕੁਲ ਵੈਸੇ ਮੈਂ ਉਹੀ ਕਹਿੰਦਾ ਹੌਸਲੇ ਵਾਲੇ ਹੁੰਦੇ ਆ ਮਤਲਬ ਕਿ ਵੋਟੀ ਨੂੰ ਸਾਂਭਣਾ ਬੜਾ ਔਖਾ ਹੁੰਦਾ ਵਾ ਅੱਛਾ ਕਿਵੇਂ ਇੱਕ ਵਾਰੀ ਏਦਾਂ ਮੈਂ ਤੁਹਾਨੂੰ ਚੁਟਕਲਾ ਸੁਣਾ ਦਿੰਦਾ ਇੱਕ ਹੋਰ ਠੀਕ ਹੈ ਇੱਕ ਵਾਰੀ ਏਦਾਂ